ਹੈਲੋ ਫਰੈਂਡਸ, ਵੈਲਕਮ ਬੈਕ ਇਨ ਮਾਈ ਚੈਨਲ ਅਲੀ ਕੈਮਾਇਲ। ਸੋ ਫਰੈਂਡਸ, ਜਿਸ ਤਰ੍ਹਾਂ ਵੀ ਨਿਊ ਅਪਡੇਟ ਆਉਂਦੀ ਆਈ ਡੀ ਪੀ ਤੋਂ, ਬ੍ਰਿਟਿਸ਼ ਕੌਂਸਲ ਤੋਂ, ਫਰੈਂਡਸ ਤੁਹਾਡੇ ਨਾਲ ਸਭ ਤੋਂ ਪਹਿਲਾਂ ਇਸ ਚੈਨਲ 'ਤੇ ਸ਼ੇਅਰ ਕਰਦੇ ਹਾਂ। ਸੋ ਫਰੈਂਡਸ, ਇਸ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਇੱਕ ਬੁੱਕ ਸ਼ੇਅਰ ਕਰਨੀ ਚਾਹੁੰਦਾ। ਸੋ ਫਰੈਂਡਸ, ਜੋ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ, ਕੈਂਬਰਿਜ ਦ ਵਰਲਡ ਬੈਸਟ ਸੈਲਿੰਗ ਗ੍ਰਾਮਰ ਬੁੱਕ, ਸੋ ਇੰਗਲਿਸ਼ ਗ੍ਰਾਮਰ ਇਨ ਯੂਜ਼। ਸੋ ਫਰੈਂਡਸ, ਜਿਹੜੀ ਕਿ ਰੈਮੰਡ ਮਰਫੀ ਦੁਆਰਾ ਬਣਾਈ ਗਈ ਹੈ। ਸੋ ਫਰੈਂਡਸ, ਅਗਰ ਕਿਸੇ ਵੀ ਸਟੂਡੈਂਟਾਂ ਨੂੰ ਆਪਣੀ ਗ੍ਰਾਮਰ ਵਿੱਚ ਪ੍ਰੋਬਲਮ ਹੈ, ਸੋ ਇਸ ਬੁੱਕ ਵਿੱਚ ਬੇਸਿਕ ਲੈਵਲ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਸਾਰਾ ਕੁਝ ਇਸ ਦੇ ਵਿੱਚ ਦੱਸਿਆ ਗਿਆ ਹੈ। ਸੋ ਫਰੈਂਡਸ, ਤੁਸੀਂ ਇਸ ਬੁੱਕ ਦੀ ਹੈਲਪ ਨਾਲ ਆਪਣਾ ਗ੍ਰਾਮਰ ਦਾ ਲੈਵਲ ਜਿਹੜਾ ਕਿ ਇੰਪਰੂਵ ਕਰ ਸਕਦੇ ਹੋ। ਸੋ ਫਰੈਂਡਸ, ਇਸ ਬੁੱਕ ਦਾ ਜਿਹੜਾ ਲਿੰਕ ਹੈ, ਡਾਊਨਲੋਡ ਲਿੰਕ ਹੈ, ਉਹ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਵੀਡੀਓ ਦੇ। ਸੋ ਫਰੈਂਡਸ, ਉਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਸ ਬੁੱਕ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਗਾਈਜ਼, ਕਿਸੇ ਵੀ ਸਟੂਡੈਂਟ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਉਹ ਆਪਣਾ ਬੁੱਕ ਨੂੰ ਇਸ ਨੂੰ ਡਾਊਨਲੋਡ ਨਹੀਂ ਕਰ ਪਾ ਰਹੇ, ਤਾਂ ਫਰੈਂਡਸ ਇਸ ਦੇ ਰਿਗਾਰਡ ਵਿੱਚ ਬਹੁਤ ਸਾਰੀਆਂ ਯੂਟਿਊਬ 'ਤੇ ਵੀਡੀਓ ਅਵੇਲੇਬਲ ਨੇ। ਸੋ ਉਸ ਵੀਡੀਓ ਵਿੱਚੋਂ ਕੋਈ ਵੀ ਇੱਕ ਵੀਡੀਓ ਨੂੰ ਦੇਖ ਕੇ ਇਸ ਬੁੱਕ ਨੂੰ ਤੁਸੀਂ ਬਾਏ ਕਰ ਸਕਦੇ ਹੋ ਔਰ ਡਾਊਨਲੋਡ ਕਰ ਸਕਦੇ ਹੋ। ਸੋ ਫਰੈਂਡਸ, ਇਹ ਤੁਹਾਡੀ ਈਮੇਲ 'ਤੇ ਤੁਹਾਨੂੰ ਸੈਂਡ ਕੀਤੀ ਜਾਏਗੀ। ਸੋ ਓਕੇ ਫਰੈਂਡਸ, ਹੁਣ ਆਪਾਂ ਦੇਖ ਲੈਂਦੇ ਆਈ ਡੀ ਪੀ ਦੀ ਨਿਊ ਅਪਡੇਟ, ਜੋ ਕਿ ਤੁਸੀਂ ਸਕਰੀਨ 'ਤੇ ਦੇਖ ਹੀ ਰਹੇ ਹੋਗੇ। ਵਰੀਡ ਅਬਾਊਟ ਆਇਲਸ ਟੈਸਟ ਡੇਟ ਇਨ ਮਈ, ਡੋਂਟ ਵਰੀ, ਆਈ ਡੀ ਪੀ ਇਜ਼ ਰਾਈਟ ਹੇਅਰ ਫਾਰ ਯੂ, ਬੁੱਕ ਯੂਅਰ ਟੈਸਟ ਡੇਟ ਵਿਦ ਇਜ਼ ਆਈ ਡੀ ਪੀ ਅਨਾਊਂਸ ਟੂ ਓਰੀਜਨਲ ਡੇਟਸ ਫਾਰ ਯੂਅਰ ਟੈਸਟ ਆਇਲਸ ਟੈਸਟ ਇਨ ਦਾ ਮੰਥ ਆਫ ਮਈ। ਸੋ ਗਾਈਜ਼, ਜਿਹੜੀ ਕਿ 13 ਅਤੇ 27 ਮਈ ਦੀਆਂ ਦੋ ਡੇਟਸ ਅਡੀਸ਼ਨਲ ਡੇਟਸ ਦਿੱਤੀਆਂ ਗਈਆਂ ਕਿ ਹੋ ਸਕਦਾ ਇਹਨਾਂ ਡੇਟਸ 'ਤੇ ਐਗਜ਼ਾਮ ਹੋਵੇ, ਤੁਸੀਂ ਇਹਨਾਂ ਡੇਟਸ ਨੂੰ ਬੁੱਕ ਕਰ ਸਕਦੇ ਹੋ। ਸੋ ਗਾਈਜ਼, ਬਟ ਜਿਹੜਾ ਕਿ ਲੋਕਡਾਊਨ ਵੱਧ ਗਿਆ ਹੈਗਾ, ਐਕਸਟੈਂਡ ਕਰ ਦਿੱਤਾ ਗਿਆ ਹੈਗਾ, ਅਤੇ ਇਸ ਤੋਂ ਇਲਾਵਾ ਤੁਸੀਂ ਨਾਲੇ ਨੀਚੇ ਨੋਟਸ ਵੀ ਦੇਖ ਸਕਦੇ ਹੋ। ਆਲ ਅਵਰ ਟੈਸਟ ਸੈਂਟਰ ਸਟ੍ਰਿਕਟਲੀ ਫੋਲੋ ਗਵਰਨਮੈਂਟ ਅਪਰੂਵਡ ਕੋਵਿਡ ਗਾਈਡਲਾਈਨ, ਕਮ ਟੇਕ ਦਾ ਟੈਸਟ ਵਿਦਆਊਟ ਫੀਅਰ। ਸੋ ਫਰੈਂਡਸ, ਜਿਹੜੇ ਕਿ ਮਈ ਮੰਥ ਦੇ ਵਿੱਚ 8 ਮਈ ਦਾ ਜੋ ਐਗਜ਼ਾਮ ਸੀ ਆ, ਜਿਹੜਾ ਕਿ ਕੈਂਸਲ ਹੋ ਹੀ ਚੁੱਕਿਆ ਹੈਗਾ, ਮਤਲਬ ਕਿ ਪੋਸਟਪੋਨ ਕਰ ਦਿੱਤਾ ਗਿਆ, ਕੈਂਸਲ ਨਹੀਂ। ਅਤੇ ਇਸ ਤੋਂ ਇਲਾਵਾ ਗਾਈਜ਼, 6 ਮਈ ਦੀ ਡੇਟ ਵੀ ਦਿੱਤੀ ਗਈ ਸੀ, ਬਟ ਇੱਥੇ ਵੀ ਐਗਜ਼ਾਮ ਨਹੀਂ ਹੋਏਗਾ। ਸੋ ਫਰੈਂਡਸ, ਤੁਸੀਂ ਦੇਖ ਸਕਦੇ ਹੋ ਕਿ ਕੋਵਿਡ ਦੇ ਕੇਸ ਵੱਧ ਰਹੇ ਨੇ। ਸੋ ਮੇਰੀ ਤੁਹਾਡੇ ਲਈ ਐਡਵਾਈਸ ਇਹੀ ਹੋਏਗੀ ਕਿ ਮਈ ਮੰਥ ਦੇ ਵਿੱਚ ਵੀ ਆਪਣਾ ਇਸ ਐਗਜ਼ਾਮ ਫਿਲ ਨਾ ਕਰੋ। ਸੋ ਮਈ ਮੰਥ ਨੂੰ ਸਕਿੱਪ ਕਰਕੇ ਆਉਣ ਵਾਲੇ ਮੰਥ ਦੇ ਵਿੱਚ ਆਪਣਾ ਐਗਜ਼ਾਮ ਫਿਲ ਕਰਿਓ, ਕਿਉਂਕਿ ਜੇ ਤੁਸੀਂ ਇਹ ਅਡੀਸ਼ਨਲ ਡੇਟ 'ਤੇ ਵੀ ਫਿਲ ਕਰਦੇ ਹੋ ਸਕਦਾ ਕੇਸ ਵੱਧ ਜਾਣ, ਫਿਰ ਇਸ ਤੋਂ ਜ਼ਿਆਦਾ ਸਟ੍ਰਿਕਟਨੈਸ ਵੱਧੇ ਅਤੇ ਤੁਹਾਡਾ ਜਿਹੜਾ ਕਿ ਐਗਜ਼ਾਮ ਪੋਸਟਪੋਨ ਕਰ ਦਿੱਤਾ ਜਾਵੇ। ਸੋ ਗਾਈਜ਼, ਮੇਰੇ ਵੱਲੋਂ ਐਡਵਾਈਸ ਤੁਹਾਨੂੰ ਇਹੀ ਰਹੇਗੀ। ਬਾਕੀ ਗਾਈਜ਼, ਤੁਸੀਂ ਔਨਲਾਈਨ ਪ੍ਰੈਪਰੇਸ਼ਨ ਕਰੋ, ਲਿਸਨਿੰਗ ਟੈਸਟ ਅਪਡੇਟ ਅਪਲੋਡ ਕਰੀਦੇ ਆ ਚੈਨਲ 'ਤੇ, ਉਹਨਾਂ ਨੂੰ ਕਰਿਆ ਕਰੋ। ਇਸ ਤੋਂ ਇਲਾਵਾ ਜੇ ਤੁਸੀਂ ਕਮੈਂਟ ਕਰੋਗੇ ਕਿ ਸਾਨੂੰ ਰੀਡਿੰਗ ਵੀ ਚਾਹੀਦੀ ਹੈ, ਤਾਂ ਰੀਡਿੰਗ ਟੈਸਟ ਵੀ ਡੇਲੀ ਅਪਡੇਟ ਅਪਲੋਡ ਕਰਦਿਆ ਕਰਾਂਗੇ ਚੈਨਲ 'ਤੇ। ਤੁਹਾਡੀ ਸਪੋਰਟ ਦੀ ਜ਼ਰੂਰਤ ਰਹਿੰਦੀ ਹੈ ਸਾਨੂੰ, ਸੋ ਸਪੋਰਟ ਕਰਦੇ ਰਿਹਾ ਕਰੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸੋ ਫਰੈਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਰਿਹਾ, ਇਸ ਤਰ੍ਹਾਂ ਦੀ ਨਿਊ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਅਤੇ ਗਾਈਜ਼, ਗ੍ਰਾਮਰ ਬੁੱਕ ਬਹੁਤ ਹੀ ਸਟੂਡੈਂਟ ਜਿਹੜੇ ਕਿ ਬਾਏ ਕਰ ਚੁੱਕੇ ਨੇ ਅਤੇ ਕਾਫੀ ਅੱਛਾ ਉਹਨਾਂ ਨੂੰ ਰਿਸਪੋਂਸ ਮਿਲ ਰਿਹਾ ਉਸ ਬੁੱਕ ਤੋਂ। ਸੋ ਫਰੈਂਡਸ, ਫਸਟ 1000 ਪੀਪਲ ਲਈ ਜਿਹੜੀ ਕਿ ਉਹ 65% ਡਿਸਕਾਊਂਟ 'ਤੇ ਮਿਲ ਰਹੀ ਹੈ, ਉਸ ਤੋਂ ਬਾਅਦ ਉਸਦਾ ਰੇਟ ਜਿਹੜਾ ਕਿ ਫਿਰ ਐਕਸਟੈਂਡ ਹੋ ਜਾਏਗਾ। ਸੋ ਗਾਈਜ਼, ਬਾਏ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈਗਾ। ਇੰਸਟਾ ਮੋਜੋ ਤੋਂ ਸਿਕਿਓਰ ਪੇਮੈਂਟ ਦੇ ਰਾਹੀਂ ਤੁਸੀਂ ਬਾਏ ਕਰ ਸਕਦੇ ਹੋ, ਕੋਈ ਇਹਦੇ ਵਿੱਚ ਡਰ ਵਾਲੀ ਗੱਲ ਨਹੀਂ ਹੈਗੀ ਆ। ਸੋ ਓਕੇ ਗਾਈਜ਼, ਆਈ ਥਿੰਕ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਏਗੀ। ਥੈਂਕ ਯੂ, ਟੇਕ ਕੇਅਰ।